इस सर्दी की पहली धुंद ने अपना कहर शुरू कर दिता है। दिल्ली अमृतसर कौमी मार्ग उपर विजिबिलिटी जीरो होने करके खन्ना विखे गड्डियां आपस भिड़िया। इन्हों श्रद्धालुओं की भरी बस भी शामिल सी। बस में सवार करीब 25 श्रद्धालु जख्मी हो गए, जिन्होंने खन्ना के सरकारी हस्पताल दाखिल करवाया गया। यह बस जलंधर के आदमपुर तो फतेहगढ़ साहब जा रही थी। इस मौके ड्राइवर ने दसाया कि जीटी रोड उपर ही खराब ट्रक खड़ा सी, जो कि धुंद दे विच नहीं देख रहा सी, जिस दे पिछे बस टकरा गई। जख्मी श्रद्धालु रणजीत सिंह ने दसाया कि हादसे विच कई बच्चे ते औरतां भी जख्मी हो गई। जलंधर तो आ रहे खंडे दे लग जाके इत्थे मोरे टप्पर खड़ा देगा जी, ਉਹਦੇ ਵਿੱਚ ਬਸ ਬਚੀ ਹੈ। ਅੱਛਾ, ਹਾਂਜੀ, ਉਹ ਧੋਂਦੇ ਦਿਖਿਆ ਨਹੀਂ, ਉਹਨਾਂ ਨੂੰ ਬਹੁਤ ਜ਼ੋਰ ਨਾਲ ਬਚੀ ਬਸ। ਖਰਾਬ ਸੀਗੇ ਟਿੱਪਰ ਖੜੇ ਹੋਏ? ਹਾਂਜੀ, ਟਿੱਪਰ ਖਰਾਬ ਸੀਗਾ ਜੀ, ਜਿਹੜੀ ਰੋਡ 'ਤੇ ਮੈਂ ਰੋਡ 'ਤੇ ਖੜਾ ਸੀ। ਬਸ ਮਤਲਬ ਕਿ ਪ੍ਰਾਈਵੇਟ ਸੀ ਜਾਂ ਆਪ ਕੀਤੀ ਹੋਈ ਸੀ? ਪਿੰਡ ਵਾਲੇ ਨੇ ਤੁਸੀਂ ਕਿੱਦਾਂ ਸੀ? ਪਿੰਡ ਵਾਲੇ ਨੇ ਕੀਤੀ ਹੋਈ ਸੀ। ਅੱਛਾ, ਹਾਂਜੀ, ਇਹ ਬਾਬਾ ਫਤਿਹਗੜ੍ਹ ਸਾਹਿਬ ਚੱਲਿਆ ਸੀਗਾ ਜੀ, ਮੱਥਾ ਟੇਕਣ ਚੱਲੇ ਸੀ। ਹਾਂਜੀ, ਮੱਥਾ ਟੇਕਣ ਚੱਲਿਆ ਸੀ। ਕਿੰਨੀਆਂ ਕੁ ਸਵਾਰੀਆਂ ਹੋਣਗੀਆਂ ਬਸ ਦੇ ਵਿੱਚ ਟੋਟਲ, ਬੱਚੇ ਅਤੇ ਔਰਤਾਂ ਸਮੇਤ ਲਾਈਏ ਜੀ? 50 ਦੇ ਕਰੀਬ ਹੋ ਰਿਹਾ ਜੀ। 50 ਦੇ ਕਰੀਬ ਸੀ, ਹਾਂਜੀ। ਕਿੱਦਾਂ ਨੇ, ਕਿੰਨੇ ਕੁ ਜਣੇ ਦੇ ਸੱਟਾਂ ਲੱਗੀਆਂ ਨੇ ਹੁਣ ਤੱਕ ਜੀ? ਲੱਗੀ ਤਕਰੀਬਨ 30-35 ਬੰਦਿਆਂ ਦੇ ਸੱਟਾਂ ਲੱਗੀਆਂ ਜੀ। ਬੱਚਿਆਂ ਦੇ ਜ਼ਿਆਦਾ ਲੱਗੇ, ਬੀਬੀਆਂ ਦੇ ਜ਼ਿਆਦਾ ਲੱਗੇ, ਡਰਾਈਵਰ ਦੀ ਹਾਲਤ ਜ਼ਿਆਦਾ ਖਰਾਬ ਹੈ। ਅੱਛਾ, ਡਰਾਈਵਰ ਕਿੱਥੇ ਹੈ? ਡਰਾਈਵਰ ਇੱਥੇ ਹਸਪਤਾਲ 'ਚ ਆਇਆ। ਠੀਕ, ਹਾਂਜੀ ਹਾਂਜੀ। ਸਰ, ਕੀ ਨਾਮ ਹੈ ਤੁਹਾਡਾ? ਸਤਨਾਮ ਸਿੰਘ। ਤੁਸੀਂ ਗੱਡੀ ਦੇ ਚਾਲਕ ਹੋ? ਹਾਂਜੀ। ਅਤੇ ਕਿੱਦਾਂ ਹੋਇਆ ਹਾਦਸਾ ਇਹ? ਮੋਰੇ ਸਰ ਟਰੱਕ ਖੜਾ, ਸਿਲੰਡਰ ਵਾਲਾ ਖਰਾਬ ਹੋਇਆ, ਉਹਦੇ ਕੋਈ ਬੱਤੀ ਕੋਈ ਯਾਨੀ ਕਿ ਹੈ ਨਹੀਂ ਸੀ ਸਿਗਨਲ, ਉਹਦਾ ਇੰਡੀਕੇਟਰ ਨਹੀਂ ਲਾਏ, ਹਾਂ, ਨਾ ਕੋਈ ਅੱਗ ਦਾ। ਉਹ ਡਰਾਈਵਰ ਨੇ ਇਸ਼ਾਰਾ ਕੀਤਾ ਮੈਨੂੰ, ਜਿੱਦਾਂ ਮੈਂ ਉਹਦੇ ਵੱਲ ਮੂੰਹ ਘੁਮਾਇਆ, ਮੈਨੂੰ ਹੁਣ ਕੀ ਪਤਾ ਮੂਹਰੇ ਕੀ ਗੱਲਬਾਤ ਆ। ਬੱਚਿਆਂ ਨੂੰ ਸਾਹਮਣੇ ਦੇਖਿਆ ਅੱਠ ਗਈ ਵਿੱਚ ਬੱਸ ਦੀ ਰਫਤਾਰ 50-55 ਦੀ ਸਪੀਡ ਸੀ ਸਾਰੀ। ਕਿੰਨੀਆਂ ਕੁ ਸਵਾਰੀਆਂ ਸੀਗੀਆਂ ਬੱਸ ਦੇ ਵਿੱਚ ਜੇ ਗੱਲ ਕਰੀਏ? ਸਵਾਰੀਆਂ ਤਾਂ ਸੀਗੀਆਂ ਜੀ 55 ਕੁ ਸਵਾਰੀਆਂ ਸੀਗੀਆਂ। ਅੱਛਾ, ਹਾਂਜੀ। ਅਤੇ ਔਰਤਾਂ ਔਰ ਬੱਚੇ ਕਿੰਨੇ ਕੁ ਸੀਗੇ ਵਿੱਚ ਅੰਦਾਜ਼ਨ? ਬੱਚੇ ਛੋਟੇ ਵੱਡੇ 10 ਕੁ ਜਣੇ ਹੋਣੇ ਜੀ ਬੱਚੇ, ਜਿੱਦਾਂ ਸੀਗੇ ਰਲਵੇਂ ਮਲਵੇਂ ਜੀ। ਟਰੱਕ ਖਰਾਬ ਖੜੇ ਆਇਆ ਸੀ ਜਾਂ ਵੈਸੇ ਖੜੇ? ਟਰੱਕ ਖਰਾਬ ਸੀਗਾ ਜੀ। ਮੈਂ ਤੁਹਾਨੂੰ ਅੱਗ ਉੱਗ ਤਾਂ ਬਾਲਣੀ ਚਾਹੀਦੀ, ਤੈਨੂੰ ਇਸ਼ਾਰਾ ਕਰਨਾ ਚਾਹੀਦਾ ਕੋਈ ਨਾ ਕੋਈ। ਗੱਡੀ ਖਰਾਬ ਖੜੀ ਧੁੰਦ ਦੇ ਵਿੱਚ ਤੇਰੀ, 10 ਫੁੱਟ ਪਿੱਛੇ ਤੂੰ ਅੱਗ ਬਾਲੇ ਤੇ। ਰਣਜੀਤ ਸਿੰਘ। ਕਿੱਦਾਂ ਹੋਇਆ ਜੀ ਐਕਸੀਡੈਂਟ? ਬੱਸ 'ਚ ਬੈਠੇ ਹੋ ਸੀ। ਅੱਛਾ ਜੀ, ਕਿੱਥੋਂ ਆ ਰਹੀ ਸੀ ਬੱਸ? ਕਿਹੜੀ ਜਗ੍ਹਾ ਤੋਂ ਆ ਰਹੀ ਸੀਗੀ? ਇਹ ਘੜਿਆਲ ਤੋਂ। ਹਾਂਜੀ, ਘੜਿਆਲ ਜਲੰਧਰ ਕਾਰਮਪੁਰ ਕੋਲ। ਅੱਛਾ ਜੀ, ਕਿੱਥੇ ਚੱਲੇ ਸੀਗੇ? ਅਸੀਂ ਇੱਥੇ ਫਤਿਹਗੜ੍ਹ ਜਾਣਾ ਹਾਂ। ਅੱਛਾ, ਫਤਿਹਗੜ੍ਹ ਜਾਣਾ ਹਾਂ। ਮੱਥਾ ਟੇਕਣ ਚੱਲੇ ਸੀ? ਹਾਂਜੀ। ਅਤੇ ਇੱਕੋ ਪਿੰਡ ਦੇ ਸੀਗੇ ਸਾਰੇ? ਹਾਂਜੀ ਹਾਂਜੀ। ਕਿੰਨੇ ਕੁ ਜਣਿਆਂ ਦੇ ਸੱਟਾਂ ਲੱਗੀਆਂ ਨੇ ਟੋਟਲ? ਟੋਟਲ ਕਮਾਂ ਪੜਾ ਨਹੀਂ। ਕਿੰਨੀਆਂ ਕੁ ਸਵਾਰੀਆਂ ਹੋਣਗੀਆਂ ਬੱਸ ਦੇ ਵਿੱਚ? ਹੈਗੀਆਂ ਜੀ, ਭਰੀਓ ਸੀ ਪਤ ਭਰੀਓ ਸੀ। ਕਿੱਦਾਂ ਹੋਇਆ, ਕਿੱਦਾਂ ਐਕਸੀਡੈਂਟ ਇਹ? ਮੋਰ ਟਰੱਕ ਸਾ, ਟਰੱਕ ਦੇ ਵਿੱਚ ਵੱਜੀ ਬੱਸ। ਖੜੇ ਹੋਇਆ ਸੀ ਕੋਈ ਟਰੱਕ? ਹਾਂ, ਟਰੱਕ ਦੇ ਲੱਗੀ ਖੜੇ, ਟਰੱਕ ਦੇ ਵਿੱਚ ਵੱਜੀ। ਹਾਂਜੀ, ਸੀਟਾਂ ਟੁੱਟ ਗਈਆਂ। ਹਾਂਜੀ, ਸੀਟਾਂ ਟੁੱਟ ਗਈਆਂ, ਕਈਆਂ ਦੇ ਉਂਗਲਾਂ ਟੁੱਟ ਗਈਆਂ, ਕਈਆਂ ਦੇ ਇੱਥੇ ਇੱਥੇ ਸਿਰਾਂ 'ਚ ਲੱਗੀਆਂ। ਅੱਛਾ, ਹਾਂਜੀ। ਅਤੇ ਔਰਤਾਂ ਔਰ ਬੱਚੇ ਵੀ ਸੀਗੇ ਵਿੱਚ? ਬੱਚੇ ਵੀ ਸੀ, ਸਭ ਬੱਚੇ ਵੀ ਸੀ। ਇਹ ਸਰ ਜਿਹੜਾ ਹਾਦਸਾ ਹੋਇਆ ਜੀ, ਆਦਮਪੁਰ ਤੋਂ ਫਤਿਹਗੜ੍ਹ ਸਾਹਿਬ ਲਈ ਯਾਤਰਾ 'ਤੇ ਸੰਗਤ ਜਾ ਰਹੀ ਸੀ, ਸੰਘਣੀ ਧੁੰਦ ਹੋਣ ਕਾਰਨ ਇੱਥੇ 4-5 ਗੱਡੀਆਂ ਭਿੜ ਗਈਆਂ। ਇਹ ਬੱਸ ਜਿਹੜੀ ਬੱਸ ਆ ਟਰੱਕ 'ਚ ਵੱਜੀ, ਮੂਹਰੇ ਟਰੱਕ ਹੋਰ ਕਾਸ 'ਚ ਵੱਜਿਆ ਜੀ, ਟਰੱਕ ਵੀ ਖਾਸਾ ਨੁਕਸਾਨ ਹੋ ਗਿਆ, ਬੱਸ ਦਾ ਵੀ, ਡਰਾਈਵਰ 'ਤੇ ਸੱਟਾਂ ਲੱਗੀਆਂ। ਧੁੰਦ ਬਹੁਤ ਪੈ ਰਹੀ ਆ ਜੀ, ਇਹਦਾ ਇਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਸੰਘਣੀ ਧੁੰਦ ਦੇ ਵਿੱਚ ਬਹੁਤ ਹੀ ਧਿਆਨ ਨਾਲ ਡਰਾਈਵਰ ਚਲਾ ਕੇ ਡਿਊਟੀ ਕਰੇ, ਹੁਸ਼ਿਆਰੀ ਨਾਲ, ਕਦੇ ਨੀਂਦਾ ਨਾ ਹੋਵੇ ਡਰਾਈਵਰ, ਕੋਈ ਵੀ ਮਾਲਕ ਆ ਟਰੱਕ ਦਾ, ਬੱਸ ਦਾ, ਕਾਰ ਦਾ ਆਉਂਦੇ ਨੇ, ਡਰਾਈਵਰ ਹੁਸ਼ਿਆਰੀ ਨਾਲ ਡਿਊਟੀ ਕਰਨੀ ਚਾਹੀਦੀ। ਧੁੰਦ ਬਹੁਤ ਪੈ ਰਹੀ ਆ, ਰੋਡ 'ਤੇ ਬਹੁਤ ਹੀ ਸੰਜਮ ਨਾਲ ਚੱਲਣਾ ਚਾਹੀਦਾ ਜੀ ਅੱਜ ਕੱਲ੍ਹ।
सर जानी नुकसान कोई नहीं हो, ड्राइवर के सट्टा लगे नहीं, बाकी सारी ठीक ठाक रहा, परमात्मा की कृपा रही है जी। मैं जी आम पब्लिक नूं तुहाडे चैनल के जरिए यही अपील करना चाहुंदा भी ए संघनी धुंद के कारण जे सफ़र करना भी है बहुत ही ध्यान नाल संजम नाल ड्राइवरी करो, स्लो गड्डी चलाओ, सीट बेल्ट चला के ला के गड्डी चलाओ, लाइटां ला के रोड ते आओ जी, ट्रैफिक नियमां दी पालना करके रोड ते आओ, फिर एक्सीडेंट कदे भी नहीं हो सकता।